ਵਿਦੇਸ਼ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖੜੇ ਹੋਏ ਬੱਬੂ ਮਾਨ। ਗੈਰੀ ਸੰਧੂ ਤੇ ਜੈਸਮਿਨ ਸੈਂਡਲਸ ਨੇ ਇੱਕ ਦੂਜੇ ਲਈ ਛੱਡੇ ਸੁਨੇਹੇ। ਸ਼ਹਿਨਾਜ਼ ਗਿੱਲ ਨੇ ਸੁਣਾਏ ਅੰਗਰੇਜ਼ੀ ਗਾਣੇ We don't talk anymore. We don't talk anymore like we used to do. ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਹਿਰਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਐਂਟਰਟੇਨਮੈਂਟ ਰੈਪ। ਨੀਦਰਲੈਂਡ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਬੱਬੂ ਮਾਨ ਨੇ ਸਮਰਥਨ ਕੀਤਾ ਹੈ। ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਕਿ ਉਹ ਨੀਦਰਲੈਂਡ ਦੇ ਕਿਸਾਨਾਂ ਦੇ ਨਾਲ ਹਨ। ਉਹਨਾਂ ਲਿਖਿਆ, ਤੂੰ ਫਸਲਾਂ ਨੂੰ ਰੋਨੀ ਹੈ, ਇੱਥੇ ਘਾਹ ਨਹੀਂ ਹੋਣਾ, ਏਕੇ ਬਿਨ ਇਨਕਲਾਬ ਲੈਣੀ ਹੋਣਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਦਿੱਲੀ ਵਿੱਚ ਹੋਏ ਕਿਸਾਨੀ ਸੰਘਰਸ਼ ਦੌਰਾਨ ਵੀ ਬੱਬੂ ਮਾਨ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਤੁਸੀਂ ਸ਼ਹਿਨਾਜ਼ ਗਿੱਲ ਦੇ ਪੰਜਾਬੀ ਗਾਣੇ ਤਾਂ ਬਹੁਤ ਸੁਣੇ ਹੋਣਗੇ, ਪਰ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਵੀ ਗਾਣੇ ਗਾਏ। Don't wanna know kind of dress you wearing tonight if it's holding on to so tight the way I did before. ਸ਼ਹਿਨਾਜ਼ ਨੇ ਆਪਣੇ YouTube ਚੈਨਲ ਤੇ ਇੱਕ ਇੰਟਰਵਿਊ ਸਾਂਝਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਕਾਫੀ ਕੁਝ ਦੱਸਿਆ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਉਹ ਅਜਿਹੀ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਜਿਹਦੇ ਵਿੱਚ ਔਰਤਾਂ ਦਾ ਮੁੱਖ ਤੌਰ ਤੇ ਮਜ਼ਬੂਤ ਕਿਰਦਾਰ ਹੋਵੇ। ਗੈਰੀ ਸੰਧੂ ਤੇ ਜੈਸਮਿਨ ਸੈਂਡਲਸ ਦੇ ਬ੍ਰੇਕਅਪ ਨੂੰ ਭਾਵੇਂ ਹੀ ਸਮਾਂ ਹੋ ਗਿਆ ਹੋਵੇ, ਪਰ ਸੋਸ਼ਲ ਮੀਡੀਆ ਉੱਤੇ ਉਹਨਾਂ ਬਾਰੇ ਚਰਚਾ ਹੋ ਹੀ ਜਾਂਦੀ ਹੈ। ਹਾਲ ਹੀ ਦੇ ਵਿੱਚ ਦੋਹਾਂ ਦੇ ਦੋ ਵੀਡੀਓਜ਼ ਵਾਇਰਲ ਹੋਏ। ਪਹਿਲੀ ਵੀਡੀਓ ਦੇ ਵਿੱਚ ਗੈਰੀ ਸੰਧੂ ਇੱਕ ਸ਼ੋਅ ਦੇ ਦੌਰਾਨ ਕਹਿ ਰਹੇ ਨੇ ਕਿ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੈਂਟ ਨੇ ਤੇ ਉਹ ਕੁੜੀ ਵੀ ਕੈਂਟ ਰਹੇ, ਰਾਤ ਗਈ ਬਾਤ ਗਈ। ਦੂਜੇ ਵੀਡੀਓ ਦੇ ਵਿੱਚ ਜੈਸਮਿਨ ਕਹਿ ਰਹੀ ਹਨ, ਮੈਂ ਤਿਆਰ ਹਾਂ ਤੇ ਮੈਂ ਇਹ ਵੀ ਜਾਣਦੀ ਹਾਂ ਕਿ ਉਹ ਮੇਰੇ ਨਾਲ ਨਜ਼ਰਾਂ ਮਿਲਾ ਸਕਦਾ ਹੈ ਕਿ ਨਹੀਂ। 3 ਸਾਲ ਹੋ ਗਏ ਮੈਂ ਕੁਝ ਨਹੀਂ ਬੋਲੀ, ਜੋ ਵੀ ਕੁਝ ਕਲੀਅਰ ਕਰਨਾ ਹੈ ਤਾਂ ਮੰਚ ਤੇ ਆ ਕੇ ਕਰੋ। ਜੈਸਮਿਨ ਸੈਂਡਲਸ ਤੇ ਗੈਰੀ ਸੰਧੂ ਦਾ ਕੁਝ ਸਾਲ ਪਹਿਲਾਂ ਬ੍ਰੇਕਅਪ ਹੋ ਗਿਆ ਸੀ, ਕਈ ਗਾਣਿਆਂ ਵਿੱਚ ਵੀ ਉਹ ਇਕੱਠੇ ਨਜ਼ਰ ਆ ਚੁੱਕੇ ਹਨ। ਸੋ ਇਹ ਸਨ ਇਸ ਹਫਤੇ ਮਨੋਰੰਜਨ ਜਗਤ ਵਿੱਚ ਵਾਪਰੀਆਂ ਅਹਿਮ ਖਬਰਾਂ। ਹੁਣ ਮੈਨੂੰ ਦਿਓ ਇਜਾਜ਼ਤ, ਬਾਏ ਬਾਏ।